ਜਲੰਧਰ ਕੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਨਿਵਾਸੀ ਰਾਜਿੰਦਰ ਕੁਮਾਰ ਬਾਬਾ ਨੇ ਇੱਕ ਭੇਟ ਵਾਰਤਾ ਕੇ ਦੌਰਾਨ ਬਤਾਇਆ ਕਿ ਕੁਛ ਵਰਸ਼ ਪਹਿਲੇ ਉਨਕੀ ਬੇਟੀ ਕੇ ਕਿਸੀ ਵਿਵਾਦ ਕੇ ਚਲਤੇ ਜਲੰਧਰ ਕੇ ਥਾਨਾ ਡਿਵੀਜ਼ਨ ਨੰਬਰ 1 ਮੇਂ ASI ਨਰਿੰਦਰ ਮੋਹਨ ਵ ਹੈੱਡ ਕਾਂਸਟੇਬਲ ਸੁਮਨ ਕੁਮਾਰੀ ਕੇ ਸਾਥ ਵਿਵਾਦ ਹੁਆ ਥਾ। ਇਸ ਦੌਰਾਨ ASI ਨਰਿੰਦਰ ਮੋਹਨ ਔਰ ਹੈੱਡ ਕਾਂਸਟੇਬਲ ਸੁਮਨ ਕੁਮਾਰੀ ਨੇ ਉਨਕੀ ਬੇਟੀ ਕੇ ਸਾਥ ਬਹੁਤ ਦੁਰਵਿਵਹਾਰ ਕੀਆ ਥਾ, ਜਿਸ ਕੀ ਵੀਡੀਓ ਵੀ ਉਨ੍ਹੋਂ ਨੇ ਬਨਾਈ ਹੈ। ਇਸ ਸੰਬੰਧ ਮੇਂ ਉਨ੍ਹੋਂ ਨੇ ਉੱਚ ਪੁਲਿਸ ਪ੍ਰਸ਼ਾਸਨ ਅਧਿਕਾਰੀਓ ਕੇ ਪਾਸ ਆਪਣੀ ਸ਼ਿਕਾਇਤ ਵੀ ਦਰਜ ਕਰਵਾਈ ਥੀ, ਲੇਕਿਨ ਅਭੀ ਤੱਕ ਉਨਕੀ ਕੋਈ ਸੁਣਵਾਈ ਨਹੀਂ ਹੋਈ ਹੈ। ਇਸ ਲਈ ਉਨ੍ਹੋਂ ਨੇ ਉੱਚ ਪੁਲਿਸ ਪ੍ਰਸ਼ਾਸਨ ਸੇ ਉਨ੍ਹੇ ਨਿਆਏ ਦਿਲਾਈ ਜਾਣੇ ਕੀ ਮੰਗ ਕੀ ਹੈ। ਤੋ ਵਹੀਂ ਇੱਕ ਅਨਿਆ ਮਾਮਲੇ ਮੇਂ ਰਾਜਿੰਦਰ ਕੁਮਾਰ ਬਾਬਾ ਨੇ ਬਤਾਇਆ ਕਿ ਉਨ੍ਹੇ ਵਰਸ਼ 2018 ਮੇਂ ਕੁਛ ਪੈਸੋ ਕੀ ਜ਼ਰੂਰਤ ਥੀ, ਜਿਸਕੇ ਚਲਤੇ ਉਨ੍ਹੋਂ ਨੇ ਆਪਣੇ ਇੱਕ ਜਾਣਕਾਰ ਜਿਮੀ ਸੇ ਬਾਤ ਕੀ, ਤੋ ਉਸਨੇ ਆਪਣੇ ਇੱਕ ਜਾਣਕਾਰ ਨਾਜ਼ੀ ਨਿਵਾਸੀ ਇਮਾਮ ਨਾਸਿਰ ਨਜ਼ਦੀਕ ਤੇਲ ਵਾਲੀ ਗਲੀ ਜਲੰਧਰ ਸੇ ਮਿਲਵਾਇਆ, ਜਿਸਕੇ ਬਾਅਦ ਉਨ੍ਹੋਂ ਨੇ ਨਾਜ਼ੀ ਸੇ 3 ਲੱਖ ਰੁਪਏ 4% ਵਿਆਜ ਕੀ ਦਰ ਪਰ ਲੈ ਲੀਏ ਔਰ ਆਪਣੀ i20 ਕਾਰ ਨਾਜ਼ੀ ਕੇ ਪਾਸ ਬਤੌਰ ਸਿਕਿਉਰਿਟੀ ਰਖਵਾ ਦੀ। ਉਨ੍ਹੋਂ ਨੇ ਬਤਾਇਆ ਕਿ ਉਨ੍ਹੋਂ ਨੇ ਨਾਜ਼ੀ ਕੋ 2,75,000 ਰੁਪਏ ਵਾਪਸ ਦੇ ਚੁੱਕੇ ਹੈ ਔਰ ਅਬ ਸਿਰਫ 25,000 ਰੁਪਏ ਦੇਣੇ ਬਾਕੀ ਹੈ ਔਰ ਉਸੇ ਪਤਾ ਚਲਾ ਕਿ ਨਾਜ਼ੀ ਨੇ ਉਸੇ ਪੁੱਛੇ ਬਗੈਰ ਉਨਕੀ ਗਾੜੀ ਕਿਸੀ ਔਰ ਵਿਅਕਤੀ ਕੋ ਵੇਚ ਦੀ ਹੈ ਜੋ ਕਿ ਸਰਾਸਰ ਗੈਰ ਕਾਨੂੰਨੀ ਹੈ। ਇਸ ਲਈ ਰਾਜਿੰਦਰ ਕੁਮਾਰ ਬਾਬਾ ਨੇ ਪੁਲਿਸ ਪ੍ਰਸ਼ਾਸਨ ਸੇ ਉਕਤ ਆਰੋਪੀ ਕੇ ਖਿਲਾਫ਼ ਬਣਤੀ ਕਾਰਵਾਈ ਕਰਨੇ ਕੀ ਮੰਗ ਕੀ ਹੈ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਕੁਲਦੀਪ ਸਿੰਘ ਕੀ ਰਿਪੋਰਟ। ਮੈਂ ਰਜਿੰਦਰ ਬਾਬਾ, ਪ੍ਰਧਾਨ ਜਲੰਧਰ ਆਰਕੈਸਟਰਾ ਐਸੋਸੀਏਸ਼ਨ। ਕੁਝ ਸਾਲ ਪਹਿਲਾਂ ਥਾਣਾ ਨੰਬਰ 1 ਦੇ ਬਾਹਰ ਸਾਡੇ ਨਾਲ ਬਹੁਤ ਵਧੀਕੀ ਹੋਈ। ਮੇਰੀ ਗੁੜੀਆ ਦਾ ਆਪਣੇ ਸਹੁਰਿਆਂ ਦੇ ਨਾਲ ਝਗੜਾ ਚੱਲਦਾ ਸੀ, ਜਿਹਦੇ ਚੱਲਦੇ ਸਾਨੂੰ ਉੱਥੋਂ ਥਾਣੇ ਦੇ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ। ਜਦ ਅਸੀਂ ਕੁੜੀ ਵਾਲੇ ਸੀ, ਕੁੜੀ ਵਾਲੇ ਸੁਣਵਾਈ ਪਹਿਲਾਂ ਹੁੰਦੀ ਹੈ, ਬਿਕਾਊ ਹੋ ਕੇ ASI ਨਰਿੰਦਰ ਮੋਹਨ ਔਰ ਲੇਡੀਜ਼ ਕਾਂਸਟੇਬਲ ਸੁਮਨ ਕੁਮਾਰੀ, ਜਿਹੜੇ ਕਿ ਮੈਨੂੰ ਔਰ ਮੇਰੀ ਗੁੜੀਆਂ ਨੂੰ ਹੱਥੀ ਪਏ, ਮੇਰੀ ਗੁੜੀਆਂ ਨੂੰ ਛਾਤੀ 'ਤੇ ਘਸੁੰਨ ਮਾਰੇ ਔਰ ਉਹਦੇ ਕੱਪੜੇ ਫਾੜ ਦਿੱਤੇ ਗਏ, ਉਹਨੂੰ ਫੜ ਕੇ ਗਲੇ ਤੋਂ ਘੜੀਸਿਆ ਗਿਆ, ਉਹਦੀ ਚੁੰਨੀ ਥੱਲੇ ਸਿੱਟ ਦਿੱਤੀ। ਇਸ ਦੌਰਾਨ ਮੇਰੇ ਛੋਟੇ ਬੇਟੇ ਨੇ ਮੋਬਾਈਲ 'ਤੇ ਵੀਡੀਓ ਬਣਾਉਣੀ ਚਾਹੀ, ਉਹਦੇ ਵੀ ਥੱਪੜ ਮਾਰੇ ਗਏ ਔਰ ਮੈਂ ਇਸ ਦੀ ਸ਼ਿਕਾਇਤ ਆਦਰਣੀਯ ਸਰਦਾਰ DCP ਸਾਹਿਬ ਗੁਰਮੀਤ ਸਿੰਘ ਜੀ ਨੂੰ ਕੀਤੀ। ਉਹਨਾਂ ਨੇ SHO ਰਜੇਸ਼ ਕੁਮਾਰ ਜੀ ਨੂੰ ਇਹ ਡਿਊਟੀ ਲਾਈ ਕਿ ਤੁਸੀਂ ਇਹਦੇ ਖਿਲਾਫ਼ ਕਾਰਵਾਈ ਕੀਤੀ ਜਾਵੇ ਮੁਲਾਜ਼ਮਾਂ ਦੇ, ਪਰ ਕੋਈ ਸੁਣਵਾਈ ਨਹੀਂ। ਮੈਂ ਫਿਰ ਦੁਬਾਰਾ DCP ਸਾਹਿਬ ਨੂੰ ਮਿਲਿਆ, ਉਹਨਾਂ ਨੇ ACP ਸੁਖਜਿੰਦਰ ਸਿੰਘ ਜੀ ਨੂੰ ਇਹ ਸ਼ਿਕਾਇਤ ਸੌਂਪ ਦਿੱਤੀ। ਉਹਨਾਂ ਨੇ ਮੈਨੂੰ ਤਾਂ ਮੇਰੀ ਗੁੜੀਆਂ ਨੂੰ ਜਿਸ ਤਰ੍ਹਾਂ ਬਈਏ ਬਣਾ ਤਾ, ਆਓ ਬੈਠੋ ਕਰਦੇ ਹਾਂ, ਇਹ ਹੈ ਉਹ ਹੈ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਔਰ ਉਸੇ ਹੀ ASI ਨਰਿੰਦਰ ਮੋਹਨ ਨੂੰ ਆਪਣੇ ਕੋਲ ਰੀਡਰ ਬਣਾ ਕੇ ਰੱਖ ਲਿਆ। ਅੱਜ ਤੱਕ ਉਹ ਡਿਊਟੀ 'ਤੇ ਤੈਨਾਤ ਨੇ। ਮੇਰੀ ਮੰਗ ਸੀਗੀ ਕਿ ਇਹਨਾਂ ਦੋਨਾਂ ਨੂੰ ਡਿਸਮਿਸ ਕੀਤਾ ਜਾਵੇ, ਕਿਉਂਕਿ ਇੱਕ ਪੁਲਿਸ ਦੀ ਵਰਦੀ ਨੂੰ ਹੱਥ ਪਾਤਾ ਜਾਵੇ ਤਾਂ ਬੜਾ ਤਕੜਾ ਬਵਾਲ ਮੱਚ ਜਾਂਦਾ। ਮੇਰੀ ਤਾਂ ਕੁੜੀਆਂ ਨੂੰ ਛਾਤੀ ਤੋਂ ਫੜਿਆ, ਘਸੁੰਨ ਮਾਰੇ ਗਏ, ਬੇਟੇ ਮੇਰੇ ਨੇ ਥੱਪੜ ਮਾਰੇ, ਬੇਹੋਸ਼ ਹੋ ਗਿਆ ਉਹ, ਮੋਬਾਈਲ 'ਤੇ ਵੀਡੀਓ ਬਣਾਉਣ ਲੱਗਾ ਅਤੇ ਇਹਨਾਂ ਨੇ ਬਹੁਤ ਵਧੀਕੀ ਕੀਤੀ, ਜਿਹਦੀ ਮੈਂ ਵੀਡੀਓ ਦੁਬਾਰਾ ਫਿਰ ਵਾਇਰਲ ਕਰਨ ਲੱਗਾ ਹਾਂ। ਔਰ ਮੈਂ ਸਾਰੇ ਹੀ ਆਪਣੇ ਚਹੀਤਿਆਂ ਨੂੰ ਇਹ ਬੇਨਤੀ ਕਰਦਾ ਹਾਂ, ਇਸ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕੀਤਾ ਜਾਵੇ, ਇਹ ਕੇਸ ਦੁਬਾਰਾ ਰੀਓਪਨ ਕੀਤਾ ਜਾਵੇ ਔਰ ਇਹਨਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।